ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਵਾਰੀ ਪਰਮ ਸਤਕਾਰਯੋਗ ਸਤਸੰਗ ਜੀਓ ਅੱਜ ਦਾਸ ਜਨੀਕ ਪਰਸਨ ਦੇ ਤਹਿਤ ਤ੍ਰੇਲਿੰਗ ਸਵਾਮੀ ਉਹਨਾਂ ਦੇ ਜੀਵਨ ਦਰਸ਼ਨਾਂ ਦੀ ਇੱਕ ਝਲਕ ਦਾਸ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੈਗਾ ਦੇਖੋ ਜਿਹੜੇ ਤ੍ਰੇਲਿੰਗ ਸਵਾਮੀ ਹੋਏ ਹਨ ਬੜੇ ਮਹਾਨ ਸਿੱਧ ਹੋਏ ਸੋ ਇਨਾਂ ਦਾ ਜੀਵਨ ਇਸ ਪ੍ਰਕਾਰ ਆ ਕਿ ਇਹ ਆਮ ਤੌਰ ਦੇ ਉੱਤੇ ਮੋਨ ਨਹੀਂ ਰਹਿੰਦੇ ਸੀਗੇ ਆਪਣੇ ਜੀਵਨ ਦੇ ਵਿੱਚ ਤੇ ਜਿਹੜੇ ਲਹੀੜੀ ਮਹਾਸ਼ਿਆ ਸੀ ਉਹਨਾਂ ਦੇ ਗੂੜੇ ਮਿੱਤਰ ਹੋਇਆ ਲਹੀੜੀ ਮਹਾਸ਼ਿਆ ਤੇ ਤ੍ਰੇਲਿੰਗ ਸਵਾਮੀ ਇਹ ਦੋਨੇ ਇਕੱਠੇ ਹੋ ਕੇ ਧਿਆਨ ਧਰਦੇ ਹੁੰਦੇ ਸੀਗੇ ਤੇ ਉਹਨਾਂ ਟੈਮਾਂ ਦੇ ਵਿੱਚ ਤ੍ਰੇਲਿੰਗ ਸਵਾਮੀ ਦੀ ਉਮਰ 300 ਸਾਲ ਤੋਂ ਜ਼ਿਆਦਾ ਮੰਨੀ ਜਾਂਦੀ ਸੀ ਔਰ ਜਿੱਥੇ ਤ੍ਰੇਲਿੰਗ ਸਵਾਮੀ ਸਾਧਨਾ ਦੇ ਵਿੱਚ ਬਹੁਤ ਕੋਟੀ ਦੇ ਸਾਧਕ ਸਿਗੇ ਉੱਥੇ ਸਰੀਰ ਦੇ ਵਿੱਚ ਵੀ ਬੜੇ ਤਾਕਤਵਰ ਸਿਗੇ ਇਹਨਾਂ ਦਾ ਜਿਹੜਾ ਸਰੀਰ ਦਾ ਭਾਰ ਹੈਗਾ ਉਹ 300 ਪਾਉਂਡ ਤੋਂ ਜ਼ਿਆਦਾ ਸੀਗਾ ਜਿਵੇਂ ਕਹੋ ਕਿ 300 ਸਾਲ ਦੀ ਉਮਰ ਦੇ ਵਿੱਚ ਸਾਲਾਨਾ 1 ਪਾਉਂਡ ਭਾਰ ਜਿਹੜਾ ਸੀ ਇਹਨਾਂ ਦਾ ਬਣਿਆ ਸੀਗਾ ਇਹਨਾਂ ਦਾ ਚਿਹਰਾ ਬੜਾ ਗੋਲ ਮਟੋਲ ਸੀ ਪੇਟ ਜਿਹੜਾ ਸੀਗਾ ਉਹ ਬਾਹਰ ਕਾਫੀ ਜਿਹੜਾ ਸੀਗਾ ਉਹ ਫੁੱਲਿਆ ਹੁੰਦਾ ਸੀਗਾ ਤ੍ਰੇਲਿੰਗ ਸਵਾਮੀ ਜਿਹੜੇ ਸੀਗੇ ਇਹ ਆਮ ਤੌਰ ਦੇ ਉੱਤੇ ਜਦ 12 ਨਸੀ ਜਾਂ ਇਹਨਾਂ ਇਲਾਕਿਆਂ ਦੇ ਵਿੱਚ ਘੁੰਮਦੇ ਹੁੰਦੇ ਸੀ ਇਹਨਾਂ ਦੇ ਲੱਖਾਂ ਸ਼ਰਧਾਲੂ ਹੋਏ ਜਿੱਥੇ ਵੀ ਜਾਂਦੇ ਸੀ ਹਨਾ ਉੱਥੇ ਸ਼ਰਧਾਲੂ ਇਹਨਾਂ ਨੂੰ ਘੇਰ ਲੈਂਦੇ ਸੀਗੇ ਤੇ ਇਹ ਜੀਵਨ ਦੇ ਵਿੱਚ ਕੋਈ ਕੱਪੜਾ ਬਾਸਰ ਨਹੀਂ ਸੀ ਆਪਣੇ ਅੰਗ ਦੇ ਨਾਲ ਪਹਿਨਦੇ ਹੁੰਦੇ ਹਮੇਸ਼ਾ ਅਲਫ ਨਗੇ ਰਹਿੰਦੇ ਹੁੰਦੇ ਸੀ ਇਹਨਾਂ ਦੇ ਜੀਵਨ ਚਮਤਕਾਰਾਂ ਦੇ ਵਿੱਚ ਆਮ ਤੌਰ ਤੇ ਸੰਗਤਾਂ ਨੇ ਦੇਖਿਆ ਹੈ ਕਿ ਇਹ ਖਾਸ ਤੌਰ ਤੇ ਜਦੋਂ ਗੰਗਾ ਘਾੜ ਦੇ ਉੱਤੇ ਭਜਨ ਸਿਮਰਨ ਕਰਦੇ ਹੁੰਦੇ ਸੀ ਜਿਵੇਂ ਅਸੀਂ ਜ਼ਮੀਨ ਤੇ ਤੁਰਦੇ ਇਸੇ ਤਰ੍ਹਾਂ ਗੰਗਾ ਦੀਆਂ ਲਹਿਰਾਂ ਦੇ ਉੱਤੇ ਘੁੰਮਦੇ ਫਿਰਦੇ ਆਮ ਸਰਦਾਦੂ ਦੇਖਦੇ ਹੁੰਦੇ ਸੀ ਔਰ ਕਈ ਕਈ ਦਿਨ ਗੰਗਾ ਦੀਆਂ ਲਹਿਰਾਂ ਦੇ ਤਲ ਦੇ ਉੱਤੇ ਬੈਠ ਕੇ ਇਹ ਭਜਨ ਸਿਮਰਨ ਬੰਦਗੀ ਕਰਦੇ ਰਹਿੰਦੇ ਸੀ ਤੇ ਕਈ ਵਾਰੀ ਗੰਗਾ ਦੀਆਂ ਲਹਿਰਾਂ ਦੇ ਢੇਠ ਇਹ ਬੈਠ ਕੇ ਕਈ-ਕਈ ਹਫ਼ਤੇ ਜਿਹੜੇ ਸੀਗੇ ਇਹ ਉੱਥੇ ਬੈਠ ਕੇ ਭਜਨ ਸਿਮਰਨ ਕਰਦੇ ਰਹਿੰਦੇ ਸੀ ਔਰ ਇੱਥੋਂ ਤੱਕ ਕਿ ਜਦ ਜੇਠ ਹੜ ਦਾ ਮਹੀਨਾ ਹੁੰਦਾ ਸੀਗਾ ਜਦੋਂ ਪੂਰਨ ਗਰਮੀਆਂ ਹੁੰਦੀਆਂ ਸੀਗਾ ਉਸ ਟਾਈਮ ਮਣੀ ਕਰਨਕਾ ਘਾਟ ਹੈਗਾ ਇਹਦੇ ਉੱਤੇ ਜਿਹੜੇ ਗਰਮ ਪੱਥਰ ਵਾ ਉਹਨਾਂ ਪੱਥਰਾਂ ਦੇ ਉੱਤੇ ਬੈਠ ਕੇ ਇਹ ਸਮਾਧੀ ਸਥਿਰ ਆਮ ਸੰਗਤਾਂ ਦੇਖਦੀਆਂ ਸੀਗੀਆਂ ਖਾਸ ਤੌਰ ਤੇ ਜਿਆਦਾ ਕਿਸੇ ਨਾਲ ਗੱਲਬਾਤ ਨਹੀਂ ਸੀ ਕਰਦੇ ਮੂਨ ਰਹਿੰਦੇ ਹੁੰਦੇ ਸੀ ਔਰ ਇਹਨਾਂ ਦਾ ਭਾਰ ਭਾਵੇਂ 300 ਪਾਉਂਡ ਤੋਂ ਜ਼ਿਆਦਾ ਸੀ ਪਰ ਕਈ-ਕਈ ਹਫ਼ਤੇ ਇਹ ਕੁਛ ਨਹੀਂ ਖਾਂਦੇ ਪੀਂਦੇ ਬਿਲਕੁਲ ਨਿਰਾਹਾਰ ਰਹਿੰਦੇ ਸਕੇ ਤੇ ਕਈ ਵਾਰ ਜਦ ਇਹ ਨਿਰਾਹਾਰ ਦਾ ਭਾਰਤ ਸੰਗਤਾਂ ਦੇ ਕਹਣ ਦੇ ਉੱਤੇ ਤੋੜਦੇ ਸਕੇ ਤਾਂ ਬਹੁਤ ਸਾਰੀਆਂ ਸੰਗਤਾਂ ਜਿਹੜੀਆਂ ਸੀ ਇਹਨਾਂ ਨੂੰ ਦੇਹੀ ਦੇ ਕੜਾਹੇ ਭਰ-ਭਰ ਕੇ ਦਿੰਦੀਆਂ ਹੁੰਦੀਆਂ ਸੀਗੀਆਂ ਤੇ ਫਿਰ ਇਹ ਜਿੰਨਾ ਦੇਹੀ ਹੁੰਦੀ ਸੀ ਸਾਰਾ ਹੀ ਛੱਕ ਜਾਂਦੇ ਸੀ ਉਸ ਤੋਂ ਬਾਅਦ ਰਿੰਗ ਮਹਾਸ਼ਾ ਦੀ ਜਿਹੜੀ ਇੰਨੀ ਚੜਤ ਸੀਗੀ ਕਿ ਆਮ ਜਿੱਥੇ ਸੰਗਤਾਂ ਇਹਨਾਂ ਦਾ ਬੜਾ ਸਤਕਾਰ ਤੇ ਭੈ ਰੱਖਦੀਆਂ ਸੀਗੀਆਂ ਉੱਥੇ ਜਿਹੜੀ ਹੈ ਨਾ ਪੁਲਿਸ ਸੀਗੀ ਉਹ ਤਿਰੰਗ ਮਹਾਂਸ਼ਾ ਦੇ ਨਾ ਕਾਰਨ ਮੈਂ ਤਾਂ ਬੜੀ ਪਰੇਸ਼ਾਨ ਸੀ ਉਹਦਾ ਕਾਰਨ ਇਹ ਸੀਗਾ ਕਿ ਜਿੱਥੋਂ ਦੀ ਵੀ ਲੰਘਦੇ ਸੀਗੇ ਉੱਥੇ ਲੱਖਾਂ ਲੋਕ ਇਕੱਠੇ ਹੋ ਜਾਂਦੇ ਸੀਗੇ ਇਸ ਕਰਕੇ ਜਿਹੜੇ ਆਉਣ ਜਾਣ ਦੀ ਟ੍ਰੈਫਿਕ ਆ ਉਹਦੇ ਵਾਸਤੇ ਬੜੀ ਮੁਸੀਬਤ ਬਣ ਜਾਂਦੀ ਸੀ ਤੇ ਜਦੋਂ ਮੁਸੀਬਤ ਬਣ ਜਾਂਦੀ ਸੀ ਤੇ ਖਾਸ ਕਰਕੇ ਜਿਹੜੀ 12 ਨਸੀ ਦੀ ਪੁਲਿਸ ਉਹਨਾਂ ਟਾਈਮਾਂ ਦੇ ਵਿੱਚ ਹੁੰਦੀ ਸੀ ਉਹ ਇਹਨਾਂ ਨੂੰ ਇੱਕ ਸ਼ਰਾਰਤੀ ਬੱਚਾ ਮੰਨਦੀ ਹੁੰਦੀ ਸੀ ਇਸ ਕਰਕੇ ਉਹਨੇ ਇੱਕ ਦਿਨ ਕੋਸ਼ਿਸ਼ ਕੀਤੀ ਵੀ ਕਿਉਂ ਨਾ ਹੋਵੇ ਵੀ ਇਹਨਾਂ ਨੂੰ ਫੜ ਕੇ ਹਨਾ ਜੇਲ੍ਹ ਦੇ ਵਿੱਚ ਬੰਦ ਕਰ ਦੇ। ਦੇਖੋ ਕਿੰਡੇ ਤਿਲਿੰਗ ਮਹਾਸ਼ਾ ਜੀ ਨੂੰ ਉੱਥੇ ਦੀ ਪੁਲਿਸ ਨੇ ਜਦ ਜੇਲ੍ਹ ਦੇ ਵਿੱਚ ਬੰਦ ਕੀਤਾ ਤੇ ਜਿਸ ਜੇਲ੍ਹ ਖਾਨੇ 'ਚ ਇਹਨਾਂ ਨੂੰ ਬੰਦ ਕੀਤਾ ਸੀਗਾ ਬਾਹਰੋਂ ਲਤਾ ਜਿੰਦਰਾ। ਜਦ ਜਿੰਦਰਾ ਲਾਇਆ ਕੁਛ ਚਾਦਵਾਰ ਪੁਲਿਸ ਨੇ ਕੀ ਦੇਖਿਆ ਕਿ ਬਾਹਰ ਜਿੰਦਰਾ ਤਾਂ ਉਸੇ ਤਰ੍ਹਾਂ ਉਸ ਜੇਲ੍ਹ ਖਾਨੇ 'ਚ ਲੱਗਾ ਪਰ ਅੰਦਰ ਤਿਲਿੰਗ ਮਹਾਸ਼ਾ ਗਾਇਬ ਸੀਗੇ। ਬਾਰਜੋਦ ਪੁਲਿਸ ਨੂੰ ਜਿਹੜਾ ਫਿਕਰ ਪੈ ਗਿਆ ਵੀ ਉਹ ਜਿੰਦਾ ਵੀ ਬਰੋਂ ਸਹੀ ਸਲਾਮਤ ਲੱਗਾ ਤੇ ਅੰਦਰ ਤਲਿੰਘ ਮਹਾਸ਼ਾ ਬਿਲਕੁਲ ਗਾਇਬ ਹੋ ਗਏ ਕਿਥੇ ਪਰ ਜਦ ਪੁਲਿਸ ਨੇ ਦੇਖਿਆ ਤੇ ਕੀ ਦੇਖਿਆ ਉਹ ਜੇਲ੍ਹ ਦੀ ਛੱਤ ਦੇ ਉੱਤੇ ਟੈਲ ਰਹੀ ਸੀ ਜਦ ਜੇਲ੍ਹ ਦੀ ਛੱਤ ਦੇ ਉੱਤੇ ਟੈਲ ਲਾਇਆ ਸੀ ਪੁਲਿਸ ਨੂੰ ਕੋਈ ਸਮਝ ਨਹੀਂ ਆਈ ਉਸ ਤੋਂ ਬਾਅਦ ਫਿਰ 12 ਨਸੇ ਦੀ ਪੁਲਿਸ ਨੇ ਉਹਨਾਂ ਨੂੰ ਅਰੈਸਟ ਕਰ ਲਿਆ ਅਰੈਸਟ ਕਰਕੇ ਦੁਬਾਰਾ ਫਿਰ ਉਸੇ ਜਿਹੜੀ ਜੇਲ੍ਹ ਖਾਨਾ ਸੀਗਾ ਉਹਦੇ ਵਿੱਚ ਉਹਨਾਂ ਨੇ ਉਹਨੂੰ ਕੈਦ ਕੀਤਾ ਕੈਦ ਕਰਕੇ ਬਾਹਰੋਂ ਜਿੱਥੇ ਜਿੰਦਾ ਲਾਇਆ ਉਥੇ ਨਾਲ ਜਿਹੜੀ ਸੀ ਉਹਨਾਂ ਹੋਰ ਬਹੁਤ ਸਾਰੀ ਸਕਿਉਰਿਟੀ ਲਾਤੀ ਤਾਂ ਜੋ ਇਹ ਹਨਾ ਇਸ ਜੇਲ੍ਹਖਾਨੇ ਚ ਕਿਸੇ ਵੀ ਤਰੀਕੇ ਨਾਲ ਬਾਹਰ ਨਾ ਜਾ ਸਕਣ ਜਦ ਆਪਣੇ ਜਿੱਥੋਂ ਪੁਲਿਸ ਨੇ ਬਾਹਰੋਂ ਜਿੰਦਾ ਲਾ ਕੇ ਸਕਿਉਰਿਟੀ ਲਈ ਤਕੀ ਦੇਖਿਆ ਕੁਛ ਚਿਰ ਬਾਅਦ ਫਿਰ ਜਿਹੜੇ ਤੇ ਲਿੰਗ ਮਹਾਸ਼ਾ ਸੀਗੇ ਫਿਰ ਜੇਲ੍ਹ ਦੀ ਛੱਤ ਦੇ ਉੱਤੇ ਟਹਿਲਦੇ ਦੇਖੇ ਗਏ ਜਦ ਟਹਿਲਦੇ ਦੇਖੇ ਗਏ ਪੁਲਿਸ ਬੜੀ ਹੈਰਾਨ ਹੋਈ ਪਰ ਅੰਦਰ ਜਦ ਜੇਲ੍ਹਖਾਨੇ 'ਚ ਨਜ਼ਰ ਮਾਰੀ ਕੀ ਦੇਖਿਆ ਉਥੋਂ ਤੇ ਲਿੰਗ ਮਹਾਸ਼ਾ ਸੀਗੇ ਇਹ ਗਾਇਬ ਸੀਗੇ ਜਦ ਉਹ ਕਮਰਾ ਬਿਲਕੁਲ ਗਾਇਬ ਦੇਖਿਆ ਤਾਂ ਫੇਰ ਬਸ ਕੀ ਸੀ ਪੁਲਿਸ ਤਾਂ ਜਿਹੜੀ ਸੀ ਉਹ ਸਿਰ ਫਾੜ ਕੇ ਬੈਠ ਗਈ ਫੇਰ ਪੁਲਿਸ ਨੂੰ ਪਤਾ ਲੱਗ ਗਿਆ ਕਿ ਅਸੀਂ ਇਹਨਾਂ ਨੂੰ ਕਿਸੇ ਵੀ ਤਰੀਕੇ ਦੇ ਨਾਲ ਦੁਨਿਆਵੀ ਯਤਨਾਂ ਦੇ ਨਾਲ ਕੈਦ ਨਹੀਂ ਕਰ ਸਕਦੇ ਕਿਉਂ ਕਿ ਕਿਉਂਕਿ ਇਹਨਾਂ ਦੇ ਅੰਦਰ ਜਿਹੜੀ ਈਸ਼ਵਰ ਦੀਆਂ ਸ਼ਕਤੀਆਂ ਦਿੱਤੀਆਂ ਹੋਈਆਂ ਹਨ ਉਹਨਾਂ ਦੇ ਨਾਲ ਇਨਸਾਨੀ ਬੰਦਾ ਕਿਸੇ ਤਰ੍ਹਾਂ ਕੋਈ ਮੁਕਾਬਲਾ ਨਹੀਂ ਕਰ ਸਕਦਾ ਇਸ ਕਰਕੇ ਪੁਲਿਸ ਨੇ ਪੂਰੀ ਤਰ੍ਹਾਂ ਇਹਨਾਂ ਦੇ ਅੱਗੇ ਹਾਰ ਮੰਨ ਲਈ ਸੀ ਹਾਰ ਮੰਨ ਕੇ ਇੱਥੋਂ ਤੱਕ ਪੁਲਿਸ ਨੇ ਮਾਫੀ ਵੀ ਮੰਗੀ ਮੁੜ ਕੇ ਫਿਰ ਪੁਲਿਸ ਨੇ ਬਿਲਕੁਲ ਖਿਆਲ ਛੱਡ ਦਿੱਤਾ ਕਿ ਇਹਨਾਂ ਨੂੰ ਕੋਈ ਗ੍ਰਿਫਤਾਰ ਕਰ ਸਕਦਾ ਹੈਗਾ ਸੋ ਜਿਹੜੇ ਤਿਲਿੰਗ ਮਹਾਸ਼ਾ ਦੇ ਕਾਰਨਾਮੇ ਉਹਨਾਂ ਟਾਈਮਾਂ ਦੇ ਵਿੱਚ ਸ਼ਰਧਾਲੂਆਂ ਨੇ ਦੇਖੇ ਸੀਗੇ ਤੇ ਇਹ ਜਿਹੜੇ ਕਾਰਨਾਮੇ ਸ਼ਰਧਾਲੂ ਦੇਖਦੇ ਸੀ ਉਹਨਾਂ ਦੀ ਤਿਲਿੰਗ ਮਹਾਸ਼ਾ ਦੇ ਪ੍ਰਤੀ ਜਿਹੜੀ ਸਤਿਕਾਰ ਦੀ ਭਾਵਨਾ ਸੀ ਵੱਧਦੀ ਜਾਂਦੀ ਸੀ ਤਿਲਿੰਗ ਮਹਾਸ਼ਾ ਜਿਹੜੇ ਸੀਗੇ ਇਹ ਕਾਰਨਾਮੇ ਸੰਗਤਾਂ ਨੂੰ ਇਸ ਕਰਕੇ ਦਿਖਾਉਂਦੇ ਹੁੰਦੇ ਸੀਗੇ ਤਾਂ ਜੋ ਜਿਹੜੀਆਂ ਸੰਗਤਾਂ ਹੈਗੀਆਂ ਹਨ ਉਹਨਾਂ ਦੇ ਵਿੱਚ ਇੱਕ ਜਾਗਰਤੀ ਆਵੇ ਉਹ ਜਾਗਰਤੀ ਕੀ ਆ ਕਿ ਜਿਹੜਾ ਮਨੁੱਖੀ ਜੀਵਨ ਹਨ ਉਹ ਮਨੁੱਖਾ ਜੀਵਨ ਉਹ ਕੇਵਲ ਤੇ ਕੇਵਲ ਹਵਾ ਆਕਸੀਜਨ ਜਾਂ ਭੋਜਨ ਦੇ ਉੱਤੇ ਨਿਰਭਰ ਨਹੀਂ ਹੈਗਾ ਕੇਵਲ ਤੇ ਕੇਵਲ ਅਗਰ ਅਸੀਂ ਥੋੜਾ ਜਿਹਾ ਜੇ ਉੱਠ ਕੇ ਉੱਠ ਜਾਈਏ ਗੁਰ ਸ਼ਬਦੀ ਕਮਾਈ ਕਰੀਏ ਤੇ ਗੁਰ ਸ਼ਬਦੀ ਕਮਾਈ ਦੇ ਨਾਲ ਵੀ ਕੋਈ ਆਦਮੀ ਜਿਹੜਾ ਹਨ ਉਹ ਬਹੁਤ ਸਮੇਂ ਤੱਕ ਜਦ ਤੱਕ ਉਹਦਾ ਜੀ ਚਾਹੇ ਜੀ ਸਕਦਾ ਹੈਗਾ ਤੇ ਉਹਦੀ ਜਿਹੜੀ ਸਿਹਤ ਦੇ ਉੱਤੇ ਕੋਈ ਅਸਰ ਨਹੀਂ ਪੈਂਦਾ ਤੇ ਜਦ ਤੱਕ ਉਹਦਾ ਜਿਹੜਾ ਭਾਰ ਹੈਗਾ ਜਾਂ ਉਹਦੀ ਸਿਹਤ ਹੈਗੀ ਉਹ ਵੀ ਪੂਰੀ ਤਰ੍ਹਾਂ ਤੰਦਰੁਸਤ ਰਹਿ ਸਕਦੀ ਆ ਸੋ ਇਹ ਉਹਨਾਂ ਦਾ ਸਨੇਹਾ ਹੁੰਦਾ ਸਕਦਾ ਤਲਿੰਗ ਮਹਾਸ਼ਾ ਜੀ ਦਾ ਇਸ ਕਰਕੇ ਉਹ ਜ਼ਿਆਦਾ ਕਿਸੇ ਦੇ ਨਾਲ ਜਾਂਦੀ ਗੱਲਬਾਤ ਨਹੀਂ ਸੀ ਕਰਦੇ ਪਰ ਹਾਂ ਕਿਤੇ ਕਿਤੇ ਜਦੋਂ ਲਹਿਰੀ ਮਹਾਸ਼ਾ ਜੀ ਦੇ ਪਾਸ ਹੋ ਜਾਂਦੇ ਹੁੰਦੇ ਸੀ ਉਹਨਾਂ ਟਾਈਮਾਂ ਦੇ ਵਿੱਚ ਤੇ ਉਹਦੇ ਵਿੱਚ ਉਹਨਾਂ ਦੇ ਸਤਕਾਰ ਵਜੋਂ ਕਈ ਵਾਰੀ ਮੌਨ ਵਰਦ ਤੋੜਦੇ ਹੁੰਦੇ ਸੀ ਜਦੋਂ ਮੂਹਨ ਬਤ ਤੋੜ ਦਿੰਦੇ ਹੁੰਦੇ ਸੀ ਕਿ ਉਹਨਾਂ ਨਾਲ ਗੱਲਬਾਤ ਕਰਦੇ ਹੁੰਦੇ ਸੀ ਤੇ ਉੱਥੇ ਬੈਠੇ ਸ਼ਰਧਾਲੂ ਪੁੱਛਦੇ ਹੁੰਦੇ ਸੀ ਕਿ ਤੁਸੀਂ ਆਮ ਤੌਰ ਤੇ ਬੋਲਦੇ ਨਹੀਂ ਆਂ ਦੂਸਰੀ ਗੱਲ ਹੈਗੀ ਆ ਕਿ ਜਦੋਂ ਤੁਸੀਂ ਇੱਥੇ ਲਿਹੇੜੀ ਮਹਾਸ਼ਾ ਜੀ ਦੇ ਪਾਸ ਹੋਵੰਦੇ ਉਹਦੇ ਤੁਸੀਂ ਜ਼ਰੂਰ ਸਾਰੀ ਗੱਲਬਾਤ ਕਰਦੇ ਆਂ ਇਹਦਾ ਕਾਰਨ ਕੀ ਆ ਤਾਂ ਫਿਰ ਤ੍ਰਿੰਗ ਮਹਾਸ਼ਾ ਜੀ ਨੇ ਸੰਗਤਾਂ ਨੂੰ ਦੱਸਿਆ ਸਗਾ ਵੀ ਦਰਸਲ ਗੱਲ ਇਹ ਆ ਵੀ ਜਿਹੜੇ ਲਿਹੇੜੀ ਮਹਾਸ਼ਾ ਜੀ ਆ ਨਾ ਇਹਨਾਂ ਨੇ ਗ੍ਰਹਿਸ ਦੇ ਵਿੱਚ ਰਹਿੰਦੇ ਹੋਏ ਗ੍ਰਹਿਸ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਨੂੰ ਨਿਭਾਉਂਦੇ ਹੋਏ ਇੱਕ ਪੂਰਨ ਸੰਤ ਦੀ ਪਦਵੀ ਪ੍ਰਾਪਤ ਕਰ ਲਈ ਆ ਇਸ ਕਰਕੇ ਮੈਂ ਉਹਨਾਂ ਦੇ ਸਤਕਾਰ ਵਜੋਂ ਆਪਣਾ ਜਿਹੜਾ ਮੂਨ ਇਹ ਤੋੜ ਦਿੰਦਾ ਹੈਗਾ ਸੋ ਇਹ ਜਿਹੜਾ ਸੀ ਉਹਨਾਂ ਨੇ ਸਾਰੀ ਸੰਗਤ ਦੇ ਸਾਹਮਣੇ ਇਹ ਸਾਰਾ ਭੇਦ ਖੋਲਿਆ ਸੀਗਾ ਤੇ ਉਹਨਾਂ ਦੀ ਜਿਹੜੀ ਚੜ੍ਹਦੀ ਕਲਾ ਸੀਗੀ ਇਸ ਚੜ੍ਹਦੀ ਕਲਾ ਨੂੰ ਦੇਖਦੇ ਹੋਏ ਇੱਕ ਵਾਰੀ ਕਹਿੰਦੇ ਇੱਕ ਨਾਸਤਕ ਆਇਆ ਜਦੋਂ ਨਾਸਤਕ ਆਇਆਗਾ ਤੇ ਉਹਨੇ ਨਾਸਤਕ ਨੇ ਆ ਕੇ ਤਿਰੰਗ ਮਹਾਸ਼ਾ ਜੀ ਦਾ ਇੱਕ ਇਮਤਨ ਲਿਆ ਜਿਹਦੇ ਵਿੱਚ ਉਹਨੇ ਸਿੱਧ ਕਰਨਾ ਚਾਹਿਆ ਵੀ ਜਿਹੜੇ ਤਿਰੰਗ ਮਹਾਸ਼ਾ ਜੀ ਹੈਗੇ ਆ ਇਹ ਕੇਵਲ ਤੇ ਕੇਵਲ ਇੱਕ ਡਰਾਮਾ ਕਰਦੇ ਇੱਕ ਨਾਟਕ ਕਰਦੇ ਅਸਲ ਦੇ ਵਿੱਚ ਉਹਨਾਂ ਦੇ ਵਿੱਚ ਐਸੀ ਕੋਈ ਰੋਹਾਨੀਅਤ ਆਗਰ ਨਹੀਂ ਹੈ ਇਸ ਕਰਕੇ ਉਸ ਨਾਸਤਿਕ ਨੇ ਕੀ ਕੀਤਾ ਹੈ ਕਿ ਜਿਹੜੀਆਂ ਅਸੀਂ ਕੰਧਾਂ ਨੂੰ ਚੂਨਾ ਕਰਦੇ ਹਾਂ ਉਹ ਚੂਨੇ ਵਾਲੀ ਸਫੈਦੀ ਜਿਹੜੀ ਆ ਉਹ ਘੋਲ ਕੇ ਬਾਲਟੀ ਭਰ ਕੇ ਇਹਨਾਂ ਦੇ ਮੋਹਰੇ ਲਿਆ ਕੇ ਰੱਖ ਦਿੱਤੀ ਜਾਦ ਚੂਨੇ ਦੀ ਸਫੈਦੀ ਦੀ ਘੋਲੀ ਘੋਲੀ ਹੋਈ ਵੱਡੀ ਬਾਲਟੀ ਮੋਹਰੇ ਲਿਆ ਕੇ ਰੱਖੀ ਤੇ ਬੜੇ ਨਾਟਕੀ ਢੰਗ ਦੇ ਨਾਲ ਹਲੀਮੀ ਦੇ ਨਾਲ ਉਸ ਨਾਸਤਿਕ ਨੇ ਤਲਿੰਗ ਮਹਾਸ਼ਾ ਜੀ ਦੇ ਅੱਗੇ ਅਰਜ਼ੋਈ ਕੀਤੀ ਕਿ ਮੈਂ ਬਹੁਤ ਦੂਰੋਂ ਚੱਲ ਕੇ ਆਇਆ ਤੇ ਮੈਂ ਆਪ ਜੀ ਦੇ ਬਾਸਤੇ ਦਹੀਂ ਲੈ ਕੇ ਆਇਆ ਕਿਰਪਾ ਕਰਕੇ ਤੁਸੀਂ ਇਹਨੂੰ ਭੋਗ ਲਾਓ ਦੇਖੋ ਜਦੋਂ ਉਸ ਨਾਸਤਿਕ ਨੇ ਭੋਗ ਲਾਉਣ ਦੀ ਗੱਲ ਕੀਤੀ ਤਾਂ ਤਿਰੰਗ ਮਹਾਸ਼ਾ ਜੀ ਨੇ ਉਹਦੇ ਬਲ ਥੋੜੀ ਜਿਹੀ ਜਿਹੜੀ ਸੀ ਅੱਖ ਚੱਕ ਕੇ ਦੇਖਿਆ ਅੱਖ ਚੱਕ ਕੇ ਦੇਖਣ ਤੋਂ ਬਾਅਦ ਉਹ ਜਿਹੜੀ ਸਾਰੀ ਵਾਲਟੀ ਸੀ ਪੂਰੀ ਦੀ ਪੂਰੀ ਉਹ ਚੂਨੇ ਦੀ ਸਫੈਦੀ ਵਾਲੀ ਉਹ ਪੂਰੀ ਦੀ ਪੂਰੀ ਪੀ ਗਏ ਜਦ ਪੂਰੀ ਦੀ ਪੂਰੀ ਪੀ ਲਈ ਇੱਕ ਵੀ ਕੁੱਟ ਨਹੀਂ ਬਚਿਆ ਤੇ ਉਹ ਜਿਹੜਾ ਨਾਸਤਿਕ ਸੀਗਾ ਉਹ ਤਿਰੰਗ ਮਹਾਸ਼ਾ ਜੀ ਦੇ ਚਿਹਰੇ ਵੱਲ ਦੇਖਣ ਲੱਗ ਪਿਆ ਵੇ ਦੇਖੀ ਇਹਨੇ ਚੂਨੇ ਦੀ ਬਾਲਟੀ ਤਾਂ ਪੂਰੀ ਪੀ ਲਈਆ ਹੁਣ ਦੇਖਦੇ ਵੀ ਇਹਦੇ ਨਾਲ ਕੀ ਹੁੰਦਾ ਪਰ ਉਲਟਾ ਹੀ ਤਲਿੰਗ ਮਹਾਸ਼ਾ ਜੀ ਤੋਂ ਉਲਟ ਬਿਲਕੁਲ ਉਹ ਜਿਹੜਾ ਨਾਸਿਕ ਸੀਗਾ ਉਹ ਨਾਸਿਕ ਦੇ ਪੇਟ ਦੇ ਵਿੱਚ ਦਰਦ ਹੋਣ ਲੱਗ ਪਿਆ ਜਾਂ ਦਰਦ ਹੋਣ ਲੱਗ ਪਿਆ ਦਰਦ ਹੋਣ ਤੋਂ ਬਾਅਦ ਉਹ ਦਰਦ ਇੰਨੀ ਭਿਆਨਕ ਹੋਈ ਕਿ ਜਿਵੇਂ ਉਹਦੇ ਪੇਟ ਦੇ ਵਿੱਚ ਪੂਰੀ ਤਰ੍ਹਾਂ ਅੱਗ ਲੱਗ ਗਈ ਆ ਜਦੋਂ ਅੱਗ ਲੱਗ ਗਈ ਤੇ ਇਹ ਅੱਗ ਪੇਟ ਤੋਂ ਪੂਰੇ ਸਰੀਰ ਦੇ ਬਦਨ ਦੇ ਵਿੱਚ ਉਹ ਨੂੰ ਜਿਆਦਾ ਲੱਗੀ ਆ ਅੱਗ ਦੀਆਂ ਲਫਟਾਂ ਨੂੰ ਮਹਿਸੂਸ ਹੋਈਆਂ ਉਹ ਉਸੇ ਟਾਈਮ ਧਰਤੀ ਉੱਤੇ ਲੇਟਣ ਲੱਗ ਪਿਆ ਜਦ ਧਰਤੀ ਤੇ ਲੇਟਣ ਲੱਗ ਪਿਆ ਤੇ ਉਸ ਨਾਸਤਿਕ ਨੇ ਬਚਾਓ 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 ਉੱਚੀ ਉੱਚੀ ਕਹਿਣਾ ਸ਼ੁਰੂ ਕਰ ਦਿੱਤਾ ਜਦ ਕਹਿਣਾ ਸ਼ੁਰੂ ਕਰ ਦਿੱਤਾ ਕਿਉਂਕਿ ਤੇ ਸੰਗਤ ਬੜੀ ਸੀ ਤੇ ਜਦ ਕਹਿਣਾ ਸ਼ੁਰੂ ਕਰ ਦਿੱਤਾ ਫਿਰ ਉਹਨੇ ਕਹਿੰਦੇ-ਕਹਿੰਦੇ ਇਹ ਵੀ ਕਿਹਾ ਕਿ ਮੈਂ ਆਪ ਜੀ ਦਾ ਮਿੱਥਿਆ ਲੈਣ ਵਾਸਤੇ ਇਹ ਕੰਮ ਕੀਤਾ ਹੈਗਾ ਇਸ ਕਰਕੇ ਤੁਸੀਂ ਮੈਨੂੰ ਮਾਫ਼ ਕਰ ਦਿਓ ਜਦ ਇੰਨੀ ਗੱਲ ਹੋਈ ਤੇ ਫਿਰ ਤ੍ਰਿੰਗ ਮਹਾਸ਼ਾ ਜੀ ਨੇ ਆਪਣਾ ਮੂਨ ਵਰਤ ਤੋੜਿਆ ਮੂਨ ਵਰਤ ਤੋੜ ਕੇ ਨੂੰ ਕਹਿਣ ਲੱਗੇ ਕਹਿੰਦੇ ਬਿਹੇਸਤਾਨ ਦੀ ਟੁੱਟੀ ਤੂੰ ਮੈਨੂੰ ਇਹ ਦੱਸ ਜੇ ਤੈਨੂੰ ਪਤਾ ਸਗਾ ਕਿ ਰੱਬ ਹਰੇਕ ਜਗ੍ਹਾ ਵਸਦਾ ਹੈਗਾ ਜਿੰਨਾ ਉਹ ਔਣੂ ਦੇ ਵਿੱਚ ਆ ਉਹਨਾਂ ਹੀ ਮੇਰੇ ਵਿੱਚ ਆ ਉਹਨਾਂ ਤੇਰੇ ਵਿੱਚ ਆ ਤੇ ਮੇਰਾ ਜਿਹੜਾ ਸਰੀਰ ਤੇਰੇ ਨਾਲ ਜੁੜਿਆ ਹੋਇਆ ਹੈਗਾ ਫੇ ਵੀ ਤੂੰ ਸਭ ਕੁਝ ਜਿਹੜਾ ਹੈਗਾ ਇਹ ਮੈਨੂੰ ਮਾਰਨ ਵਾਸਤੇ ਕੀਤਾ ਹੈਗਾ ਤੇ ਪਰ ਫਿਰ ਤ੍ਰਿੰਗ ਮਹਾਸ਼ਾ ਜੀ ਨੂੰ ਉਹਨੂੰ ਆਖਿਆ ਸਗਾ ਕਹਿੰਦੇ ਦੇਖ ਪਾਈ ਅਗਰ ਮੈਂ ਵਾਹਿਗੁਰੂ ਜੀ ਦੇ ਬਖਸ਼ੇ ਹੋਏ ਕਾਨੂੰਨਾਂ ਨੂੰ ਨਾ ਜਾਣਦਾ ਹੋਇਆ ਤਾਂ ਫਿਰ ਤਾਂ ਅੱਜ ਮੈਂ ਜ਼ਰੂਰ ਮਰ ਜਾਂਦਾ ਇਹਦੇ ਵਿੱਚ ਕੋਈ ਸ਼ੰਕਾ ਨਹੀਂ ਸੀ ਕਰ ਵਾਹਿਗੁਰੂ ਜਿਹੜਾ ਹੈਗਾ ਉਹ ਜਿਹੜੀ ਸ਼ਕਤੀ ਆਕਾਲ ਪੁਰਖ ਦੀ ਪਰਮਾਤਮਾ ਦੀ ਉਹ ਵਿਰਧ ਨੂੰ ਪਾਲਦੀ ਹੈਗੀ ਇਸ ਕਰਕੇ ਮੇਰੀ ਕੋਈ ਇਛਾ ਨਹੀਂ ਸੀ ਕਿ ਤੇਰੇ ਕੋਈ ਦਰਦ ਹੋਵੇ ਜਾਂ ਇਸ ਤਰ੍ਹਾਂ ਦਾ ਹੋਵੇ ਪਰ ਪਰਮੇਸ਼ਰ ਦੇ ਜਿਹੜੇ ਰੱਖਿਆਕ ਸ਼ਕਤੀ ਦੀ ਵਿਰਧ ਵਾਲੀ ਕਾਨੂੰਨ ਦੀ ਅਵਸਥਾ ਹੈਗੀ ਆ ਉਹ ਜੱਕਦਮ ਆਪਣੇ ਭਗਤਾਂ ਦੀ ਰਾਖੀ ਦੇ ਵਾਸਤੇ ਹਰਕਤ ਦੇ ਵਿੱਚ ਆ ਜਾਂਦੀ ਹੈ ਤੇ ਜਿਸ ਕਰਕੇ ਇਹ ਜਿਹੜੀ ਜਲਣ ਮੇਰੇ ਪੇਟ ਦੇ ਵਿੱਚ ਹੋਣੀ ਸੀਗੀ ਇਸ ਚੂਨੇ ਦੀ ਸਫੈਦੀ ਦੀ ਉਹ ਜਲਣ ਜਿਹੜੀ ਆ ਹੁਣ ਤੇਰੇ ਪੇਟ 'ਚ ਹੋਣ ਲੱਗੀ ਹੁਣ ਤੈਨੂੰ ਪਤਾ ਲੱਗਦਾ ਹੈਗਾ ਕਿ ਸਾਡਾ ਸਰੀਰ ਇੱਕ ਦੂਸਰੇ ਦੇ ਨਾਲ ਜੁੜਿਆ ਹੋਇਆ ਹੈਗਾ ਜਦ ਇਹ ਗੱਲ ਹੋਈ ਸੀ ਫਿਰ ਉਹ ਜਿਹੜਾ ਨਾਸਤਿਕ ਸਗਾ ਉਹਨੇ ਬਹੁਤ ਜਿਆਦੀਆਂ ਮਾਫੀਆਂ ਮੰਗੀਆਂ ਜਦਦਰੂ ਰੋ ਕੇ ਬਰਲਾਪ ਕੀਤਾ ਫਿਰ ਤਲਿੰਗ ਮਹਾਸ਼ਾ ਜੀ ਨੇ ਉਹਨੂੰ ਇਹ ਗੱਲ ਕਹਿਤੀ ਕਿ ਅੱਗੇ ਤੇ ਵਾਸਤੇ ਤੂੰ ਕਿਸੇ ਵੀ ਕਿਸੇ ਸਿੱਧ ਪੁਰਸ਼ ਦਾ ਕਿਸੇ ਸਾਧੂ ਸੰਤ ਦਾ ਕਦੀ ਇਮਤਿਹਾਨ ਜ਼ਿੰਦਗੀ 'ਚ ਨਾ ਲੈਂ ਫੇਰ ਤੇ ਉਹ ਨਹੀਂ ਛੱਡ ਸਕਦੇ ਆ ਫੇਰ ਦੇਖੋ ਜਦੋਂ ਉਹਨੇ ਕੰਨਾਂ ਨੂੰ ਹੱਥ ਲਾਏ ਸੀਗੇ ਤਾਂ ਮੁੜ ਕੇ ਫਿਰ ਉਹਦੇ ਪੇਟ ਦੀ ਡੜੀ ਦਰਦ ਜਲਣ ਸੀਗੀ ਉਹ ਬੰਦ ਹੋਈ ਸੀ ਉਸ ਤੋਂ ਬਾਅਦ ਉਹ ਨਾਸਤਕ ਜਿਹੜਾ ਸੀਗਾ ਉਥੋਂ ਚੁੱਪਚੀ ਪੀਤਾ ਚਲਾ ਗਿਆ ਸੀ ਇਸੇ ਤਰ੍ਹਾਂ ਪਰਮਹੰਸ ਜੋਗਨੰਦ ਜਿਹੜੇ ਆ ਉਹ ਵੀ ਆਪਣੇ ਜੀਵਨ ਦੇ ਵਿੱਚ ਦੱਸਦੇ ਆ ਕਿ ਇੱਕ ਵਾਰ ਸਾਡੇ ਮਾਮਾ ਜੀ ਕਹਿੰਦੇ ਉਹ ਵੀ ਮੈਨੂੰ ਦੱਸਦੇ ਸੀਗੇ ਕਿ ਇੱਕ ਵਾਰ ਮੈਂ ਤ੍ਰਿੰਗ ਮਹਾਸ਼ਾ ਜੀ ਦੇ ਦਰਸ਼ਨ ਕਰਨ ਗਿਆ ਸੀਗਾ ਜਿਸ ਜਗ੍ਹਾ ਦੇ ਉੱਤੇ ਉਹ ਖੜੇ ਸੀਗੇ ਉੱਥੇ ਬਹੁਤ ਜ਼ਿਆਦਾ ਭੀੜ ਸੀਗੀ ਕਹਿੰਦੇ ਜਦੋਂ ਭੀੜ ਸੀ ਤੇ ਮੇਰੇ ਮਨ 'ਚ ਆ ਪੁੱਛਿਆ ਵੀ ਇੰਨੇ ਲੋਕ ਕਿਉਂ ਇਕੱਠੇ ਹੋਏ ਪਤਾ ਲੱਗਾ ਵੀ ਇੱਥੇ ਤਰਲਿੰਗ ਮਹਾਸ਼ਾ ਜੀ ਆਏ ਹੋਏ ਆ ਕਿਉਂਕਿ ਉਹ ਅਲਫ ਨਗੇ ਘੁੰਮਦੇ ਹੁੰਦੇ ਸੀ ਕਹਿੰਦੇ ਮੇਰੇ ਮਾਮਾ ਜੀ ਦੇ ਮਨ 'ਚ ਖਿਆਲ ਆ ਗਿਆ ਕਿ ਮੈਂ ਇਹਨਾਂ ਦੇ ਬਾਰੇ ਬਹੁਤ ਕੁਝ ਸੁਣਿਆ ਹੈਗਾ ਇਹਨਾਂ ਦੀ ਮਹਿਮਾ ਬੜੀ ਸੁਣੀ ਹੈਗੀ ਆ ਤੇ ਪਰ ਕਹਿੰਦੇ ਮੇਰੇ ਮਾਮਾ ਜੀ ਵੀ ਇੱਕ ਕਿਸੇ ਨਾਮਰਾਦ ਬਿਮਾਰੀ ਦੇ ਸ਼ਿਕਾਰ ਹੋਏ ਸੀ ਉਹਨਾਂ ਨੇ ਆਪਣੇ ਸਰੀਰ ਦਾ ਡਾਕਟਰੀ ਇਲਾਜ ਬੜਾ ਕਰਾਇਆ ਸੀਗਾ ਪਰ ਉਹਨਾਂ ਨੂੰ ਕਿਸੇ ਤਰ੍ਹਾਂ ਕੋਈ ਰਾਮ ਨਹੀਂ ਸਿਆਇਆ ਇਹ ਸੋਚ ਕੇ ਕਹਿੰਦੇ ਵੀ ਉਹਨਾਂ ਨੇ ਕਿਹਾ ਵੀ ਮੈਂ ਵੀ ਤ੍ਰਿਲਿੰਗ ਮਹਾਸ਼ਾਹੀ ਜੀ ਦੇ ਦਰਸ਼ਨ ਕਰਨੇ ਆ ਕਹਿੰਦੇ ਭਾਵੇਂ ਭੀੜ ਬਹੁਤ ਜ਼ਿਆਦਾ ਸੀ ਕਿ ਮੇਰੇ ਮਾਮਾ ਜੀ ਫਿਰ ਵੀ ਕਹਿੰਦੇ ਭੀੜ ਨੂੰ چیرਦੇ ਹੋਏ ਤ੍ਰਿਲਿੰਗ ਮਹਾਸ਼ਾਹੀ ਜੀ ਦੇ ਤੱਕ ਪਹੁੰਚ ਹੀ ਗਏ ਸੀ ਜਦ ਕਿੰਤੇ ਪਹੁੰਚੇ ਸੀ ਜਨਨਜਦੀ ਗਏ ਤੇ ਮੇਰੇ ਮਾਮਾ ਜੀ ਨੇ ਬੜੇ ਸ਼ਰਧਾ ਭਾਵਨਾ ਦੇ ਨਾਲ ਕਹਿੰਦੇ ਉਹਨਾਂ ਦੇ ਚਰਨਾਂ ਤੇ ਮੱਥਾ ਟੇਕਿਆ ਜਿਉਂ ਹੀ ਕੰਡੇ ਵੀ ਮੇਰੇ ਮਾਮਾ ਜੀ ਦਾ ਜਿਹੜਾ ਮਸਤ ਸੀਗਾ ਤ੍ਰਿਲਿੰਗ ਮਹਾਸ਼ਾਹੀ ਜੀ ਦੇ ਚਰਨਾਂ ਦੇ ਨਾਲ ਛੋਇਆ ਸੀਗਾ ਜਕਦਮ ਕਹਿੰਦੇ ਵੀ ਬਿਜਲੀ ਵਰਗਾ ਕਰੰਟ ਮੇਰੇ ਮਾਮਾ ਜੀ ਨੂੰ ਵੱਜਿਆ ਤੇ ਕਹਿੰਦੇ ਵੀ ਮੇਰੇ ਮਾਮਾ ਜੀ ਦੇਖੇ ਹੱਕੇ ਬੱਕੇ ਹੋ ਗਏ ਕਿ ਜਿਹੜੀ ਨਾਮਰਾਜ਼ ਬਿਮਾਰੀ ਜਿਹਨੂੰ ਉਹ ਸਦਾ ਮਹਿਸੂਸ ਕਰਦੇ ਹੁੰਦੇ ਸਿਗੇ ਜਿਨ੍ਹਾਂ ਨੇ ਉਹਨੂੰ ਬਹੁਤ ਜ਼ਿਆਦਾ ਤੰਗ ਕੀਤਾ ਸੀ ਕਹਿੰਦੇ ਜੱਕਦਮੀ ਜਿਹੜੀ ਸੀ ਉਹ ਗਾਇਬ ਹੋ ਗਈ ਸਰੀਰ ਬਿਲਕੁਲ ਨਵਾਂ ਵਰ ਨਵ ਹੋ ਗਿਆ ਐਸੇ ਉਹਨਾਂ ਦੇ ਚਰਨਾਂ ਦੇ ਸਪਰਸ਼ ਦਾ ਕਮਾਲ ਹੋਇਆ ਉਸ ਤੋਂ ਬਾਅਦ ਫਿਰ ਕਹਿੰਦੇ ਫਿਰ ਮੇਰੇ ਮਾਮਾ ਜਿਹੜੇ ਸੀ ਉਹਨਾਂ ਦੇ ਸਰਦਾਲੂ ਬਣ ਗਏ ਸਿਗੇ ਸੋ ਕਹਿਣ ਤੋਂ ਭਾਵ ਇਹ ਆ ਕਿ ਜਿਹੜੇ ਤਲਿੰਗ ਮਹਾਸ਼ਾ ਜੀ ਦੇ ਸ਼ਗਿਰਦ ਹੋਏ ਆ ਉਹਨਾਂ ਦੇ ਦਰਸ਼ਨ ਦੇ ਨਾਲ ਉਹਨਾਂ ਦੇ ਜੀਵਨ ਦੇ ਚਮਤਕਾਰਾਂ ਨੂੰ ਦੇਖ ਦੇਖ ਕੇ ਉਹਨਾਂ ਦੇ ਪ੍ਰਤੀ ਇਹਨਾਂ ਸ਼ਰਧਾਬਾਨ ਹੋ ਗਏ ਸੀਗੇ ਕਿ ਸ਼ਰਧਾਬਾਨ ਹੋਣ ਨਾ ਜਿਹੜੇ ਤਰਿੰਗ ਮਹਾਸ਼ਾ ਜੀ ਦੇ ਉਪਦੇਸ਼ ਸੀਗੇ ਕਹਿੰਦੇ ਭਾਈ ਵੀ ਨਾਮ ਜਪੋ ਸਾਧਨਾ ਕਰੋ ਤੇ ਸਾਧਨਾ ਕਰਨ ਦੇ ਨਾਲ ਮਨੁੱਖ ਜਿਹੜਾ ਆਪਣਾ ਜੀਵਨ ਉੱਚਾ ਬਣਾ ਸਕਦਾ ਹੈਗਾ ਇਸੇ ਤਰ੍ਹਾਂ ਇੱਕ ਸ਼ੰਕਰਾਮਾਈ ਹੋਈ ਆ ਜਿਹੜੀ ਸ਼ੰਕਰਾਮਾਈ ਹੋਈ ਸੀਗੀ ਇਹ ਤਰਿੰਗ ਮਹਾਸ਼ਾ ਜੀ ਦੇ ਸ਼ਗਿਰਦਾਂ ਦੇ ਵਿੱਚੋਂ ਇੱਕ ਬੀਬੀ ਹੋਈ ਆ ਇਹ ਬੀਬੀ ਜਿਹੜੀ ਸੀ ਇਹ ਬਚਪਨ ਤੋਂ ਬ੍ਰਹਮਚਾਰਨ ਸੀਗੀ ਇਹ ਬੀਬੀ ਨੇ ਆਪਣੇ ਜੀਵਨ ਦੇ ਵਿੱਚ ਬੜੀ ਭਾਰੀ ਤਪੱਸਿਆ ਕੀਤੀ ਆ ਜਦੋਂ ਬਚਪਨ ਚ ਸੀਗੀ ਤੇ ਇਹਨੇ ਤ੍ਰਿਲਿੰਗ ਮਹਾਂਸ਼ਾਹ ਜੀ ਤੋਂ ਦੇਖਿਆ ਸਿੱਖਿਆ ਲਈ ਆ ਉਹਦੇ ਆਧਾਰ ਤੇ ਇਸ ਬੀਬੀ ਨੇ ਵੀ 40 ਸਾਲ ਤਪੱਸਿਆ ਕੀਤੀ ਆ ਇਸ ਤਪੱਸਿਆ ਦੇ ਦੌਰਾਨ ਇਹ ਬੀਬੀ ਬਦਰੀਨਾਥ ਰਹੀ ਆ ਕਲਾਰਨਾਥ ਰਹੀ ਆ ਅਮਰਨਾਥ ਗੁਫਾ ਵੀ ਰਹੀ ਆ ਪਸ਼ੂਪਤੀਨਾਥ ਵੀ ਰਹੀ ਆ ਇਸ ਤਰ੍ਹਾਂ ਹਿਮਾਲਿਆ ਦੀਆਂ ਬਹੁਤ ਸਾਰੀਆਂ ਜਿਹੜੀਆਂ ਕਾਂਤ ਗੁਫਾਵਾਂ ਉਹਦੇ ਵਿੱਚ ਰਹਿ ਕੇ ਇਸ ਬੀਬੀ ਨੇ ਜਿਹੜੀ ਉਹ ਸਾਧਨਾ ਕੀਤੀ ਆ ਤੇ ਜਦੋਂ ਪਰਮਹੰਸ ਜੋਗਨੰਦ ਜੀ ਕਹਿੰਦੇ ਜਦੋਂ ਅਸੀਂ ਇਸ ਬੀਬੀ ਨੂੰ ਮਿਲੇ ਸੀਗੇ ਤੇ ਇਸ ਬੀਬੀ ਦੀ ਉਮਰ ਉਹਨਾਂ ਟੈਮਾਂ ਦੇ ਵਿੱਚ 100 ਸਾਲ ਤੋਂ ਜ਼ਿਆਦਾ ਸੀਗੀ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਉਮਰ ਪਰਮਾ 100 ਸਾਲ ਤੋਂ ਜ਼ਿਆਦਾ ਸੀਗੀ ਪਰ ਉਹ ਬਿਲਕੁਲ ਇੱਕ ਇਹ ਜਵਾਨ ਇਸਤਰੀ ਦੀ ਤਰ੍ਹਾਂ ਕਿੰਨੇ ਬੜੇ ਖੂਬਸੂਰਤ ਜਿਹੜੇ ਸੀਗੇ ਉਹ ਦਿਖਾਈ ਦੇ ਰਹੇ ਸੀਗੇ ਕਿਉਂ ਕਿਉਂਕਿ ਉਹਨਾਂ ਦੇ ਜਿਹੜਾ ਵਾਲ ਸੀਗੇ ਉਹਨਾਂ ਦੇ ਸਿਰ ਦੇ ਕੰਡੇ ਪੂਰੀ ਤਰ੍ਹਾਂ ਕਾਲੇ ਸੀਗੇ ਦੰਦ ਬੜੇ ਮਜ਼ਬੂਤ ਸੀ ਤੇ ਚੱਲਣ ਫਿਰਤੇ ਦੇ ਵਿੱਚ ਕਹਿੰਦੇ ਵੇਸ਼ਮਾਰ ਫੁਰਤੀ ਸੀਗੀ ਆਮ ਕੋਈ ਜਿਹੜਾ ਆਦਮੀ ਕਹਿੰਦੇ ਦਰਜਾ ਨਹੀਂ ਇਸ ਲੱਗ ਸਕਦਾ ਉਹ ਹੀ ਕਹਿ ਸਕਦਾ ਸਗਾ ਕਿ ਇਹਨਾਂ ਦੀ ਉਮਰ ਜਿਹੜੀ ਜ਼ਿਆਦਾ ਨਹੀਂ ਤੇ ਘੱਟੋ-ਘੱਟ 35 ਸਾਲ ਦੇ ਕਰੀਬ ਹੋਊਗੀ ਪਰ ਕਿੰਦੇ ਵੀ ਅਸੀਂ ਹਰਾਨੀ ਦੀ ਹੱਦ ਨਹੀਂ ਰਹੀ ਤੇ ਜਦੋਂ ਸਾਨੂੰ ਉਸ ਸ਼ੰਕਰ ਮਾਇਨੇ ਦੱਸਿਆ ਸਗਾ ਕਿ ਮੇਰੀ ਉਮਰ ਜਿਹੜੀ ਆ ਉਹ 100 ਸਾਲ ਤੋਂ ਉੱਪਰ ਹੋ ਚੁੱਕੀ ਆ ਕਿਉਂਕਿ ਉਹਨਾਂ ਦਾ ਜਨਮ ਜਿਹੜਾ ਸਗਾ ਉਹ 1826 ਦੇ ਵਿੱਚ ਹੋਇਆ ਸਗਾ ਸੋ 1826 ਤੋਂ ਬਾਅਦ ਇਹ ਬੀਬੀ ਜਿਹੜੀ ਸੀ ਇਹ ਤ੍ਰਿੰਗ ਮਾਸ਼ਾ ਜੀ ਦੇ ਸੰਗਤ ਦੇ ਵਿੱਚ ਆਈ ਸੀ ਤੇ ਉਹਨਾਂ ਤਾਂ ਇਹਨਾਂ ਨੇ ਫਿਰ ਸਿੱਖਿਆ ਲਈ ਸੀ, ਧਿਕਸ਼ਾ ਲਈ ਸੀ। ਉਹ ਤੋਂ ਬਾਅਦ ਫਿਰ ਇਹਨਾਂ ਨੇ ਯੋਗ ਸਾਧਨਾ ਕੀਤੀ ਸੀ। ਇੱਕ ਵਾਰ ਇਹੇ ਸ਼ੰਕਰਮਈ ਬੀਬੀ ਜਿਹੜੀ ਸੀ ਉਹ ਪਰਮ ਸੰਯੋਗਨਾਂ ਨੂੰ ਦੱਸਦੀ ਸੀਗੇ ਕਿ ਮੈਂ ਅਕਸਰ ਲਿਹੜੀ 마ਸ਼ਾ ਜੀ ਦੇ ਦਰਸ਼ਨ ਕਰਨ ਉਹਨਾਂ ਟਾਈਮਾਂ 'ਚ ਆਉਂਦੀ ਹੁੰਦੀ ਸੀ। ਇੱਕ ਵਾਰ ਕਹਿੰਦੇ ਵੀ ਕਲਕੱਤੇ ਜਦੋਂ ਲਿਹੜੀ 마ਸ਼ਾ ਜੀ ਆਏ ਸੀ ਤਾਂ ਉਹਨਾਂ ਟਾਈਮਾਂ ਦੇ ਵਿੱਚ ਬੈਰਕਪੁਰਗ ਦੇ ਇਲਾਕੇ ਦੇ ਵਿੱਚ ਉਹਨਾਂ ਨੇ ਨਿਵਾਸ ਰੱਖਿਆ ਸੀਗਾ। ਇਹ ਬੀਬੀ ਜਿਹੜੀ ਸ਼ੰਕਰਾ ਮਾਈ ਸੀਗੀ ਕਿੰਨੀ ਵੀ ਮੈਂ ਲੇ ਹੇੜੀ ਮਹਾਸ਼ਾਹ ਜੀ ਦੇ ਦਰਸ਼ਨ ਕਰਨ ਗਈ ਸੀ ਜਦੋਂ ਕਿ ਅਸੀਂ ਦੋਨੇ ਜਿਹੜੇ ਸੀ ਬੈਠੇ ਹੋ ਸੀ ਅਚਨ ਚੇਤ ਕਹਿੰਦੇ ਸਾਡੇ ਬੈਠੇ ਬੈਠੇ ਮੈਂ ਬੜੀ ਹੈਰਾਨ ਹੋ ਗਈ ਉੱਥੇ ਜਿਹੜੇ ਮਹਾ ਅਵਤਾਰ ਬਾਬਾ ਜੀ ਉਹ ਇੱਕਦਮ ਪ੍ਰਗਟ ਹੋ ਗਏ ਜਦ ਕਿ ਕਹਿੰਦੇ ਸਾਹਮਣੇ ਪ੍ਰਗਟ ਹੋਇਆ ਸੀ ਹੱਕੇ ਬੱਕੇ ਰਹਿ ਗਏ ਉਸ ਤੋਂ ਬਾਅਦ ਕਹਿੰਦੇ ਮਹਾ ਅਵਤਾਰ ਬਾਬਾ ਜੀ ਨੇ ਸਾਨੂੰ ਕਹਿੰਦੇ ਦੋਹਾਂ ਦੇ ਨਾਲ ਕਈ ਘਿਰ ਗੱਲਬਾਤ ਕੀਤੀ ਗੱਲਬਾਤ ਕਰਨ ਤੋਂ ਬਾਅਦ ਇਹ ਸ਼ੰਕਰਾ ਮਾਇ ਨੇ ਦੱਸਿਆ ਸੀਗਾ ਕਿ ਮਹਾ ਅਵਤਾਰ ਬਾਬਾ ਜੀ ਨੇ ਉਹਨਾਂ ਟਾਈਮਾਂ ਦੇ ਵਿੱਚ ਮੈਨੂੰ ਅਧਿਆਤਮਿਕ ਉਪਦੇਸ਼ ਦੇ ਕੇ ਨਿਹਾਲ ਕੀਤਾ ਸੀ ਉਸ ਤੋਂ ਬਾਅਦ ਫਿਰ ਅਧਿਆਤਮਿਕ ਉਪਦੇਸ਼ ਦੇ ਕੇ ਕਹਿੰਦੇ ਫਿਰ ਉੱਥੋਂ ਚਲੇ ਗਏ ਸੀ ਪਰ ਕਹਿੰਦੇ ਜਦੋਂ ਉਹਨਾਂ ਨੇ ਸਾਨੂੰ ਦਰਸ਼ਨ ਦਿੱਤੇ ਸੀ ਤੇ ਉਹਨਾਂ ਨੇ ਬਿਲਕੁਲ ਸਫੇਦ ਰੰਗ ਦੇ ਕੱਪੜੇ ਪਾਏ ਹੋਏ ਸੀ ਤੇ ਇਹ ਕੱਪੜੇ ਉਹਨਾਂ ਦੇ ਕਹਿੰਦੇ ਬਿਲਕੁਲ ਗਿੱਲੇ ਸਿਗੇ ਪਾਣੀ ਨਾਲ ਭਿੱਜੇ ਹੋਏ ਸਿਗੇ ਤੇ ਬੀਬੀ ਸ਼ੰਕਰਮਈ ਦੱਸਦੇ ਸੀਗੇ ਕਿ ਜਿੰਦੀ ਵੇ ਮੈਂ ਮਹਿਸੂਸ ਕੀਤਾ ਕਿ ਜਿਵੇਂ ਮਹਾਬਤਾਰ ਬਾਬਾ ਜੀ ਕਿਸੇ ਨਦੀ ਦੇ ਵਿੱਚ ਇਸ਼ਨਾਨ ਕਰਕੇ ਉਹ ਆਏ ਹੁੰਦੇ ਆ ਤੇ ਸਾਡੇ ਸਾਹਮਣੇ ਉਹ ਇੱਕਦਮ ਪ੍ਰਗਟ ਹੋ ਗਏ ਸੀ। ਸੋ ਕਹਿਣ ਤੋਂ ਪਾਵੇ ਆ ਕਿ ਇਸ ਧਰਤੀ ਦੇ ਉੱਤੇ ਖਾਸ ਕਰਕੇ ਭਾਰਤ ਵਰਸ਼ੀ ਧਰਤੀ ਤੇ ਵੱਡੇ ਵੱਡੇ ਸਿੱਧ ਪੁਰਖ ਹੋਏ ਆ ਤੇ ਇਹਨਾਂ ਸਿੱਧ ਪੁਰਖਾਂ ਵਿੱਚੋਂ ਤਰੰਗ ਜਿਹੜੇ ਸਵਾਮੀ ਸੀਗੇ ਇਹ ਮਹਾਪੁਰਖ ਹੋਏ ਆ। ਇਹਨਾਂ ਨੇ ਆਪਣੇ ਜੀਵਨ ਦੇ 300 ਸਾਲ ਤੋਂ ਉੱਪਰ ਇਸ ਧਰਤੀ ਦੇ ਉੱਤੇ ਆਪਣਾ ਵਿਚਰਨ ਕੀਤਾ ਹੈਗਾ ਤੇ ਲੱਖਾਂ ਲੋਕ ਇਹਨਾਂ ਦੇ ਸ਼ਰਧਾਲੂ ਹੋਏ ਆ ਐਸਾ ਕੋਈ ਆਦਮੀ ਨਹੀਂ ਜਿਹੜਾ 12 ਨਸੀ ਜਾਂ ਹੋਰ ਹੋਰ ਇਲਾਕਿਆਂ ਦੇ ਵਿੱਚ ਇਹਨਾਂ ਨੂੰ ਜਾਣਦਾ ਨਹੀਂ ਜਾਂ ਇਹਨਾਂ ਦਾ ਸੇਵਕ ਨਹੀਂ ਹੋਇਆ ਸੋ ਦਾਸ ਇਹਨਾਂ ਮਹਾਂਪੁਰਖਾਂ ਦੇ ਦਰਸ਼ਨਾਂ ਦੇ ਇੰਨੇ ਹੀ ਕੁ ਬਚਨ ਆਪ ਸੰਗਤਾਂ ਨਾਲ ਸਾਂਝਾ ਕਰਦਾ ਹੋਇਆ ਖੇਮਾ ਦਾ ਜਾਚਕਾ ਜੀ ਹੋਈਆਂ ਬਿਆੰਤ ਭੁੱਲਾਂ ਚੁੱਕਾਂ ਦੀ ਖੇਮਾ ਬਖਸ਼ਣੀ ਸੋ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ